ਤੇਰੇ ਜੇ ਨੂੰ ਵੇ ਮੈਂ ਟਿਚ ਨਾ ਜਾਣਦੀ, ਤੇਰੇ ਜੇ ਨੂੰ ਵੇ ਮੈਂ ਟਿਚ ਨਾ ਜਾਣਦੀ, ਤੇਰਾ ਮੇਰਾ ਮੇਰਾ ਨਾ ਵੇਚ ਮੁੰਡਿਆ, ਤੈਨੂੰ ਬੋਗੇ ਦੀ ਮੰਡੀ ਤੇ ਵੇਚ ਮੁੰਡਿਆ, ਤੈਨੂੰ ਬੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ। ਸੱਭਿਆਚਾਰ ਹੈ, ਪੰਜਾਬੀ ਸੱਭਿਆਚਾਰ ਹੈ, ਅਸੀਂ ਚਾਹੁੰਦੇ ਹਾਂ, ਸਾਡੇ ਮਾਂ ਪਿਓ ਨੇ, ਮੇਰੀ ਬੜੀ ਭੈਣਾਂ ਨੇ ਸਾਨੂੰ ਇਹ ਦਿੱਤਾ ਵੀ ਤੁਸੀਂ ਅੱਗੇ ਨੂੰ ਕੈਰੀ ਫਾਰਵਰਡ ਕਰਨਾ ਹੈ, ਅਸੀਂ ਇਹ ਚਾਹੁੰਦੇ ਹਾਂ ਸਾਡੇ ਬੱਚਿਆਂ 'ਚ ਵੀ ਵਿਰਸਾ ਬਣਿਆ ਰਹੇ। ਨੱਚਣ ਵਾਲੇ ਦੀ ਅੱਟੀ ਨਾ ਰਹਿੰਦੀ, ਬੋਲਣ ਵਾਲੇ ਦਾ ਮੂੰਹ ਨੀ ਬੋਲੀ, ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨੀ ਬੋਲੀ, ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ, ਮੈਂ ਪਾਵਾਂ। ਅਸੀਂ ਆਪਣੇ ਵਿਰਸੇ ਨੂੰ ਲੈ ਕੇ ਨਾਲ ਚੱਲਾਂਗੇ ਤਾਂ ਕਿ ਜਦੋਂ ਅਸੀਂ ਇਸ ਮਿੱਟੀ 'ਚ ਰਲੀਏ ਸਾਨੂੰ ਫਖਰ ਹੋਵੇ ਵੀ ਅਸੀਂ ਆਪਣੇ ਵਿਰਸੇ ਨੂੰ ਕਦੀ ਪਿੱਛੇ ਨਹੀਂ ਰਹਿਣ ਦਿੱਤਾ। ਉੜਦਾ ਉੜਦਾ ਮੋਰ ਮੇਰੀ ਚਿੰਚੀ ਉੱਤੇ ਬਹਿ ਗਿਆ, ਉੜਦਾ ਉੜਦਾ ਮੋਰ ਮੇਰੀ ਚਿੰਚੀ ਉੱਤੇ ਬਹਿ ਗਿਆ, ਛੂੰ ਛਾ ਕਰ ਅੜਾ ਦਾਂਗੀ, ਉਹਨੂੰ ਕਿਤੇ ਵਿੱਚ ਨੱਚਣਾ ਸਿਖਾ ਦਵਾਂਗੀ। ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਖਾ ਨਾ ਹੋਵੇ, ਕੁੱਟੀਏ ਸੰਦੂਖਾ ਓਲੇ ਵੇ, ਪਹਿਲਾਂ ਤਾਂ ਜੱਟ ਤੋਂ ਮੱਕੀ ਪਿਹਾਈਏ, ਪਹਿਲਾਂ ਜੱਟ ਤੋਂ ਮੱਕੀ ਪਿਹਾਈਏ, ਫੇਰ ਦਲਾਈਏ ਛੋਲੇ, ਜੱਟੀਏ ਦੇ ਦਬਕਾ ਜੱਟਣਾ ਬਰਾਬਰ ਬੋਲੇ, ਜੱਟੀਏ ਦੇ ਦਬਕਾ ਜੱਟਣਾ ਬਰਾਬਰ ਬੋਲੇ, ਜੱਟੀਏ ਦੇ ਦਬਕਾ। ਅੱਜ ਸੰਗਰੂਰ ਦੀ ਡ੍ਰੀਮ ਲੈਂਡ ਕਲੋਨੀ ਵੱਲੋਂ ਤੀਆਂ ਦਾ ਜੋ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ। ਰੰਗ ਬਿਰੰਗੇ ਕੱਪੜੇ ਪਾ ਕੇ ਇੱਥੇ ਆਏ ਹਨ, ਜੋ ਪੁਰਾਣਾ ਸੱਭਿਆਚਾਰ ਹੈ ਉਸ ਦੀ ਕਿਤੇ ਨਾ ਕਿਤੇ ਝਲਕ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਾਫੀ ਇਕੱਠ ਦੇ ਵਿੱਚ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਵੰਨ ਸੁਵੰਨੇ ਕੱਪੜੇ ਪਾ ਕੇ ਇੱਥੇ ਜੋ ਕਿ ਪੁਰਾਣਾ ਸੱਭਿਆਚਾਰਕ ਦਰਸਾਉਂਦਾ ਹੈ। ਇੱਥੇ ਮਹਿਲਾਵਾਂ ਆਈਆਂ ਹਨ, ਗੱਲਬਾਤ ਕਰਾਂਗੇ ਉਹਨਾਂ ਨਾਲ। ਕੀ ਨਾਮ ਹੈ ਆਪਣਾ? ਪਰਮਿੰਦਰ ਕੌਰ ਨਾਗਰਾ। ਮੈਡਮ, ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਤਿਉਹਾਰ ਹੈ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਹੈ, ਅੱਜ ਦੀ ਜੋ ਨੌਜਵਾਨੀ ਹੈ ਜਾਂ ਅੱਜ ਦੇ ਬੱਚੇ ਹਨ ਕਿਤੇ ਨਾ ਕਿਤੇ ਲਾਈਫ ਇੰਨੀ ਬਿਜ਼ੀ ਚੱਲ ਰਹੀ ਹੈ ਕਿ ਇਸ ਤਿਉਹਾਰ ਨੂੰ ਆਪਣੇ ਸੱਭਿਆਚਾਰ ਨੂੰ ਭੁੱਲ ਜਾ ਰਹੇ ਨੇ? ਇੱਕ ਤੁਹਾਡੇ ਵੱਲੋਂ ਇਹ ਪਹਿਲ ਕੀਤੀ ਗਈ ਹੈ ਜੋ ਤਿਉਹਾਰ ਬਣਾਇਆ ਗਿਆ? ਭੁੱਲ ਤਾਂ ਨਹੀਂ ਰਹੇ, ਪਰ ਥੋੜਾ ਜਿਹਾ ਰੂਪ ਸਰੂਪ ਬਦਲ ਗਿਆ, ਕਿਉਂਕਿ ਪਹਿਲਾਂ ਤੀਆਂ ਪੇੜਾਂ ਦੇ ਥੱਲੇ ਲੱਗਦੀਆਂ ਸੀ ਤੇ ਹੁਣ ਏਸੀ ਹਾਲਾਂ 'ਚ ਲੱਗਦੀਆਂ, ਫਰਕ ਬਸ ਇੰਨਾ ਹੀ ਹੈ। ਪਰ ਜਿਹੜਾ ਉਤਸ਼ਾਹ ਹੈ, ਜਿਹੜੀ ਪਰੰਪਰਾ ਹੈ, ਉਹ ਅਸੀਂ ਕਾਇਮ ਰੱਖਾਂਗੇ ਤੇ ਆਉਂਦੇ ਸਮੇਂ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਵੀ ਦੇਖ ਰਹੇ ਨੇ ਸਾਨੂੰ ਕਿ ਅਸੀਂ ਤੀਆਂ ਮਨਾਉਂਦੇ ਹਾਂ, ਤਾਂ ਉਹ ਵੀ ਇਸ ਚੀਜ਼ ਨੂੰ ਕਾਇਮ ਰੱਖਣਗੇ ਤੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਜਿਸ ਤਰ੍ਹਾਂ ਉਤਸ਼ਾਹ ਨਾਲ ਮਨਾ ਰਹੇ ਹੋ। ਅੱਜ ਦੇ ਜੋ ਬੱਚੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਪੁਰਾਣਾ ਸੱਭਿਆਚਾਰ ਨਹੀਂ ਪਤਾ, ਕਿਉਂਕਿ ਅਜਿਹੇ ਜੋ ਉਪਰਾਲੇ ਨੇ ਕਿਸੇ ਕਿਸੇ ਵੱਲੋਂ ਕੀਤੇ ਜਾਂਦੇ ਨੇ, ਬੱਚਿਆਂ ਨੂੰ ਵੀ ਸੱਭਿਆਚਾਰ ਨਾਲ ਜੋੜਨ ਦੀ ਲੋੜ ਹੈ, ਤਾਂ ਹੀ ਆਪਣੇ ਜੋ ਪੁਰਾਣਾ ਸੱਭਿਆਚਾਰ ਬਚਾ ਰਹੇਗਾ। ਨਹੀਂ, ਬੱਚੇ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਦੱਸਦੇ ਹੀ ਰਹਿੰਦੇ ਹਾਂ ਕਿ ਸੱਭਿਆਚਾਰ ਉਹ ਦੇਖਦੇ ਆ, ਜੋ ਸਾਡਾ ਮਾਹੌਲ ਹੈ ਉਹ ਸਾਡੇ ਬੱਚਿਆਂ ਤੇ ਵੀ ਅਸਰ ਹੁੰਦਾ ਹੈ, ਸਾਡਾ ਤੇ ਸਾਡੇ ਤੇ ਸਾਡੀਆਂ ਮਾਵਾਂ ਦਾ ਅਸਰ ਹੈ, ਸਾਡੇ ਬੱਚਿਆਂ ਤੇ ਸਾਡਾ ਅਸਰ ਹੋਏਗਾ ਤੇ ਇਹ ਪਰੰਪਰਾ ਇਹ ਚੱਲਦੀ ਰਹੇਗੀ ਹਮੇਸ਼ਾ ਲਈ। ਅੱਗੇ ਤੋਂ ਵੀ ਉਪਰਾਲੇ ਚੱਲਦੇ ਰਹਿਣਗੇ? ਹਾਂ ਬਿਲਕੁਲ, ਚੱਲਦੇ ਰਹਿਣਗੇ ਪੂਰੇ ਜੋਰ ਸ਼ੋਰ ਨਾਲ। ਅੱਗੇ ਤੋਂ ਵੀ ਅਜਿਹੇ ਉਪਰਾਲੇ ਚੱਲਦੇ ਰਹਿਣਗੇ। ਕੀ ਨਾਮ ਹੈ ਆਪਣਾ? ਮੇਰਾ ਨਾਮ ਰਸ਼ਮੀ ਗੋਇਲ ਹੈ। ਮੈਮ, ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕੈਨੇਡਾ ਬਾਰੇ? ਦੇਖੋ, ਐਵੇਂ ਹੈ, ਸਾਡਾ ਸੱਭਿਆਚਾਰ ਹੈ, ਪੰਜਾਬੀ ਸੱਭਿਆਚਾਰ ਹੈ, ਅਸੀਂ ਚਾਹੁੰਦੇ ਹਾਂ, ਸਾਡੇ ਮਾਂ ਪਿਓ ਨੇ, ਮੇਰੀ ਬੜੀ ਭੈਣਾਂ ਨੇ ਸਾਨੂੰ ਇਹ ਦਿੱਤਾ ਵੀ ਤੁਸੀਂ ਅੱਗੇ ਨੂੰ ਕੈਰੀ ਫਾਰਵਰਡ ਕਰਨਾ ਹੈ, ਅਸੀਂ ਇਹ ਚਾਹੁੰਦੇ ਹਾਂ ਸਾਡੇ ਬੱਚਿਆਂ 'ਚ ਵੀ ਵਿਰਸਾ ਬਣਿਆ ਰਹੇ, ਤਾਂ ਕਰਕੇ ਅਸੀਂ ਹਰ ਸਾਲ ਮਨਾਉਂਦੇ ਰਹੇ ਹਾਂ ਔਰ ਮਨਾਉਂਦੇ ਰਵਾਂਗੇ ਜਦ ਤੱਕ ਸਾਡੇ 'ਚ ਜਾਨ ਹੈਗੀ ਹੈ। ਅਸੀਂ ਆਪਣੇ ਵਿਰਸੇ ਨੂੰ ਲੈ ਕੇ ਨਾਲ ਚੱਲਾਂਗੇ ਤਾਂ ਕਿ ਜਦੋਂ ਅਸੀਂ ਇਸ ਮਿੱਟੀ 'ਚ ਰਲੀਏ ਸਾਨੂੰ ਫਖਰ ਹੋਵੇ ਵੀ ਅਸੀਂ ਆਪਣੇ ਵਿਰਸੇ ਨੂੰ ਕਦੀ ਪਿੱਛੇ ਨਹੀਂ ਰਹਿਣ ਦਿੱਤਾ। ਔਰ ਇਹਦੇ ਲਈ ਸਾਡੀ ਮੇਰੇ ਮੈਂ ਆਪਣੀ ਸਾਰੀ ਭੈਣਾਂ ਦੀਆਂ, ਸਾਰੀ ਸਹੇਲੀਆਂ ਦੀਆਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ
ਇਹਨਾਂ ਨੇ ਸਾਨੂੰ ਇੰਨਾ ਮੋਟੀਵੇਟ ਕੀਤਾ ਹੈ ਨਾ, ਕਿਉਂਕਿ ਇਹਨਾਂ ਦੇ ਸਾਥ ਬਿਨਾਂ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਸਿਰਫ ਇੱਕ ਸਾਥ ਹੈ ਜੋ ਇੱਕ ਜਨੂਨ ਪੈਦਾ ਕਰਦਾ ਇੱਕ ਬੰਦੇ ਦੇ ਅੰਦਰ ਅੱਗੇ ਹੋ ਕੇ ਕੁਛ ਕਰਨ ਦਾ। ਔਰ ਮੈਂ ਆਪਣੀ ਸਾਰੀਆਂ ਭੈਣਾਂ ਦਾ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ। ਜੇ ਸਾਰੇ ਇਕੱਠੀਆਂ ਨੇ ਤਾਂ ਸਾਡੀਆਂ ਧੀਆਂ ਧੀਆਂ ਨੇ। ਕੋਈ ਬੋਲੀ ਸੁਣਾਓਗੇ? ਬੋਲੀ ਜੀ, ਸਾਡੇ ਬੋਲੀ ਪਾਉਣ ਵਾਲੇ ਬੰਦੇ ਇੱਧਰ ਹੈ ਜੀ, ਹੁਣ ਸਾਰਾ ਕੁਝ ਮੈਂ ਨਹੀਂ ਸੁਣਾਣਾ ਜੀ। ਮੈਮ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਲੜਕੀ ਦਾ ਵਿਆਹ ਹੋਇਆ ਸੀਗਾ ਤਾਂ ਉਹ ਸੁਨਾਰਾ ਲੈ ਕੇ ਪੇਕੇ ਜਾਇਆ ਕਰਦੇ ਸਨ ਉਹਨਾਂ ਦੇ ਘਰੇ, ਤੇ ਲੜਕੀ ਹੈ ਜੋ ਆਪਣੇ ਸਹੁਰੇ ਜਾਇਆ ਕਰਦੇ ਸੀ, ਪਿੱਪਲੀ ਪੀਂਘਾਂ ਪਿਆ ਕਰਦੇ ਸੀਗਾ, ਕਿਤੇ ਨਾ ਕਿਤੇ ਉਸ ਤੋਂ ਆਪਾਂ ਵਾਂਝੇ ਰਹਿ ਗਏ ਹਾਂ। ਹਾਂ ਜ਼ਰੂਰ, ਅਰਬਨਾਈਜੇਸ਼ਨ ਹੋ ਗਈ ਹੈ, ਹੁਣ ਬਾਹਰ ਗਰਮੀ ਵੀ ਬਹੁਤ ਵੱਧ ਗਈ ਹੈ, ਪੇੜਾਂ ਦੇ ਥੱਲੇ ਨਹੀਂ ਕਰ ਸਕਦੇ ਅਸੀਂ ਤਾਂ, ਕਿਉਂਕਿ ਤੀਆਂ ਸਾਉਣ ਦੇ ਮਹੀਨੇ 'ਚ ਹੁੰਦੀਆਂ ਨੇ, ਤਾਂ ਇਸ ਲਈ ਹੁਣ ਏਸੀ ਹਾਲ ਅਵੇਲੇਬਲ ਨੇ ਤਾਂ ਅਸੀਂ ਇੱਥੇ ਹੀ ਕਰਨ ਲੱਗ ਗਏ ਹਾਂ, ਪਰ ਅਸੀਂ ਉਹ ਜਿਹੜੀ ਪਰੰਪਰਾ ਹੈ ਉਹ ਵਿਰਸਾ ਸਾਡਾ ਕਾਇਮ ਹੈ। ਕੀ ਕਹਿਣਾ ਚਾਹੋਗੇ ਮੈਮ? ਬੋਲੀ ਪੌੜੀ ਸਟਾਰਟ। ਅੱਛਾ, ਬੋਲੀ ਪਾਉਂਗੇ? ਬੋਲੀ ਪਾ। ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਬੋਲ ਵਾਲੇ ਦਾ ਮੂੰਹ ਨੀ ਬੋਲੀ, ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨੀ ਬੋਲੀ, ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ, ਮੈਂ ਪਾਵਾਂ। ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਖਾ ਨਾ ਹੋਵੇ, ਕੁੱਟੀਏ ਸੰਦੂਖਾ ਓਲੇ ਬਈ, ਪਹਿਲਾਂ ਤਾਂ ਜੱਟ ਤੋਂ ਮੱਕੀ ਪਿਹਾਈਏ, ਪਹਿਲਾਂ ਜੱਟ ਤੋਂ ਮੱਕੀ ਪਿਹਾਈਏ, ਫੇਰ ਦਲਾਈਏ ਛੋਲੇ, ਜੱਟੀਏ ਦੇ ਦਬਕਾ ਜੱਟਾ ਬਰਾਬਰ ਬੋਲੇ, ਜੱਟੀਏ ਦੇ ਦਬਕਾ ਜੱਟਾ ਬਰਾਬਰ ਬੋਲੇ, ਜੱਟੀਏ ਦੇ ਦਬਕਾ। ਮਾਪੇ ਤਾਂ ਧੀਆਂ ਨੂੰ ਸਲਾਉਂਦੇ ਨੀ ਥੱਕਦੇ, ਮਾਪੇ ਤਾਂ ਧੀਆਂ ਨੂੰ ਸਲਾਉਂਦੇ ਨੀ ਥੱਕਦੇ, ਸਹੁਰੇ ਕਾਤੋਂ ਨਿੰਦਣ ਪਾਏ ਮੇਰੀ ਏ ਦੱਸ ਇੱਥੇ ਚੱਕ ਕੀਤਾ ਚੱਡਾ ਰੁਮਾਲ ਮਾਏ ਮੇਰੀਏ, ਦੱਸ ਕੀਤਾ ਚੱਡਾ ਰੁਮਾਲ ਮਾਏ ਮੇਰੀਏ, ਦੱਸ ਕੀਤਾ ਚੱਡਾ। ਕਿੰਨਾ ਕੁ ਚਾਅ ਗਾ ਅੱਜ ਸਾਰੇ ਇਕੱਠੇ ਮਿਲ ਕੇ ਇਹ ਤਿਉਹਾਰ ਮਨਾ ਰਹੇ ਹੋ, ਤੇ ਮਨ ਚ ਬੜਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ, ਗਿੱਧਾ ਪਾਇਆ ਰਿਹਾ, ਰੰਗ ਬਿਰੰਗੇ ਕੱਪੜੇ ਪਾ ਕੇ ਆਏ ਨੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਬੜਾ ਅੱਛਾ ਲੱਗ ਰਿਹਾ, ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਮਨਾ ਰਹੇ ਹਾਂ ਗਿੱਧਾ, ਤੀਆਂ ਗਿੱਧਾ। ਮੀਨਸ ਇਹ ਟਾਈਮ ਇਹੋ ਜਿਹਾ ਵੀ ਅਸੀਂ ਉਂਝ ਤਾਂ ਅਸੀਂ ਇਕੱਠੇ ਨਹੀਂ ਹੁੰਦੇ, ਤਾਂ ਤੀਆਂ ਦੇ ਨਾਲ ਹੀ ਅਸੀਂ ਇਕੱਠੇ ਹੋ ਜਾਂਦੇ ਹਾਂਗੇ, ਬੜਾ ਅੱਛਾ ਲੱਗ ਰਿਹਾ, ਬਹੁਤ ਅੱਛਾ ਫੀਲ ਹੋ ਰਿਹਾ। ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ ਚਾਹੋਗੇ? ਅੱਜ ਤਿਉਹਾਰ ਮਨਾਇਆ ਰਿਹਾ, ਤੀਆਂ ਦਾ ਸਾਰੇ ਇਕੱਠੇ ਹੋਏ ਨੇ। ਹਾਂਜੀ, ਬਹੁਤ ਵਧੀਆ ਲੱਗ ਰਿਹਾ, ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ, ਪੂਰਾ ਇੰਜੋਏ ਕਰ ਰਹੇ ਹਾਂ ਤੀਆਂ ਦਾ, ਪਹਿਲੀ ਵਾਰੀ ਜੁਆਇਨ ਕੀਤਾ ਵੈਸੇ ਮੈਂ, ਮੈਨੂੰ ਬੜਾ ਮਜ਼ਾ ਆ ਰਿਹਾ। ਅੱਗੇ ਤੋਂ ਜੁਆਇਨ ਕਰਿਆ ਕਰੋ। ਹਾਂਜੀ ਹਾਂਜੀ ਜ਼ਰੂਰ। ਹਾਂਜੀ, ਤੇਰੇ ਜੇ ਨੂੰ ਵੇ ਮੈਂ ਟਿਚ ਨਾ ਜਾਣਦੀ, ਤੇਰੇ ਜੇ ਨੂੰ ਵੇ ਮੈਂ ਟਿਚ ਨਾ ਜਾਣਦੀ, ਤੇਰਾ ਮੇਰਾ ਮੇਂਦਾ ਨਾ ਵੇਚ ਮੁੰਡਿਆ, ਤੈਨੂੰ ਬੋਗੇ ਦੀ ਮੰਡੀ ਤੇ ਨਾ ਵੇਚ ਮੁੰਡਿਆ, ਤੈਨੂੰ ਬੋਗੇ ਦੀ ਮੰਡੀ ਤੇ ਆਮਾ ਵੇਚ ਮੁੰਡੇ, ਤੈਨੂੰ ਬੋਗੇ ਦੀ ਮੰਡੀ ਤੇ ਆਮਾ ਵੇਚ ਮੁੰਡਿਆ। ਛੋਟੀ ਜੀ ਬੱਚੀ ਹੈ, ਉਹ ਵੀ ਬੋਲੀ ਪਾਉਣਾ ਚਾਹੁੰਦੀ ਹੈ। ਹਾਂ ਬੇਟਾ। ਉੜਦਾ ਉੜਦਾ ਮੋਰ ਮੇਰੀ ਚਿੰਚੀ ਉੱਤੇ ਬਹਿ ਗਿਆ, ਉੜਦਾ ਉੜਦਾ ਮੋਰ ਮੇਰੀ ਚਿੰਚੀ ਉੱਤੇ ਬਹਿ ਗਿਆ, ਛੂੰ ਛਾ ਕਰ ਅੜਾ ਰਾਂਗੀ, ਉਹਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਵਾਂਗੀ, ਉਹਨੂੰ ਗਿੱਧੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਬੜਾ ਚਾਅ ਹੈ, ਬੋਲੀਆਂ ਪਾ ਰਹੇ ਨੇ। ਕੀ ਕਹਿਣਾ ਚਾਹੋਗੇ ਜੀ ਅੱਜ ਤਿਉਹਾਰ ਮਨਾ ਰਹੇ ਹਾਂ? ਬਹੁਤ ਵਧੀਆ ਲੱਗ ਰਿਹਾ ਜੀ ਇਹ ਵਿਰਸਾ, ਵੀ ਇਹਨੂੰ ਮੋੜ ਉਹ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਰੋਕਣਾ ਨਹੀਂ ਚਾਹੀਦਾ, ਇਹ ਹਰ ਸਾਲ ਮਨਾਉਣਾ ਚਾਹੀਦਾ ਜੀ।
ਗਲੀਆਂ ਮੁਹੱਲਿਆਂ ਦੇ ਵਿੱਚ ਵੀ ਹੁਣ ਤਾਂ ਆਪਣਾ ਜੋ ਵਿਰਸਾ ਹੈ ਦੁਬਾਰੇ ਵਾਪਸ ਆ ਰਿਹਾ, ਆਪਾਂ ਦੇਖਦੇ ਹਾਂ ਕਿ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਹੁਣ ਤਿਉਹਾਰ ਇਹ ਦੁਬਾਰੇ ਮਨਾਉਣ ਲੱਗ ਗਏ। ਹਾਂਜੀ ਹਾਂਜੀ, ਇਹ ਵਿਰਸਾ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਆਪਾਂ ਬੱਚਿਆਂ ਨੂੰ ਇਹੀ ਸੰਸਕਾਰ ਦੇਣੇ ਚਾਹੀਦੇ ਨੇ ਵੀ ਪੁਰਾਣੇ ਵਿਰਸੇ ਨੂੰ ਚਲਾਉਣਾ ਚਾਹੀਦਾ। ਹਾਂਜੀ ਮੈਮ, ਕਿਵੇਂ ਜਾਓਗੇ? ਬਹੁਤ ਵਧੀਆ, ਅਸੀਂ ਤਾਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਇੰਜੋਏ ਕਰ ਰਹੇ ਹਾਂ, ਤੇ ਇਹੀ ਕਹਾਂਗੇ ਕਿ ਹਰ ਸਾਲ ਇੱਦਾਂ ਹੀ ਇੰਜੋਏ ਕਰਦੇ ਰਹੀਏ। ਬਹੁਤ ਵਧੀਆ ਇੰਜੋਏ ਕਰ ਰਹੇ ਹਨ ਤੇ ਇੱਥੇ ਗਿੱਧਾ ਵੀ ਪਾਇਆ ਜਾ ਰਿਹਾ, ਬੋਲੀਆਂ ਵੀ ਪਾਈ ਜਾ ਰਹੀਆਂ ਨੇ, ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ। ਹੋਰ ਵੀ ਮੈਡਮ ਜੀ ਨਾਲ ਗੱਲਬਾਤ ਕਰਾਂਗੇ। ਮੈਮ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤਿਉਹਾਰ ਮਨਾਇਆ ਜਾ ਰਿਹਾ, ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਸਾਰੇ ਇਕੱਠੇ ਹੋ? ਜੀ, ਹਮ ਲੋਗ ਅਲੱਗ ਅਲੱਗ ਜਗ੍ਹਾ ਸੇ ਆਏ ਹੋਏ ਹੈ, ਹਮ ਲੋਗ ਕਈ ਪ੍ਰਾਂਤੋਂ ਸੇ ਸਭੀ ਲੋਗ ਇਕੱਠਾ ਹੋਏ ਹੈ, ਪਰ ਯਹਾਂ ਪਰ ਬਹੁਤ ਹੀ ਅੱਛੀ ਤਰੀਕੇ ਸੇ ਹਮਨੇ ਤੀਆਂ ਕੋ ਮਨਾਤੇ ਹੋਏ ਦੇਖਾ ਹੈ ਜੀ, ਔਰ ਬਹੁਤ ਅੱਛਾ ਲਗਾ ਕਿ ਪੰਜਾਬ ਨੇ ਆਪਣਾ ਕਲਚਰ ਸਜੋਗ ਕੇ ਰੱਖਾ ਹੈ ਔਰ ਸਭੀ ਲੋਗ ਕਾਫੀ ਅੱਛੀ ਤਰੀਕੇ ਸੇ ਇੰਜੋਏ ਕਰ ਰਹੇ ਹੈ, ਬਹੁਤ ਹੀ ਮਜ਼ਾ ਆਇਆ ਔਰ ਮੁਝੇ ਤੋਂ ਬਹੁਤ ਹੀ ਅੱਛਾ ਲਗਾ ਕਿ ਧੀਰੇ ਧੀਰੇ ਕਰਕੇ ਹਮਾਰੀ ਸਭਿਅਤਾ ਲੋਕ ਭੁੱਲਤੇ ਜਾ ਰਹੇ ਪਰ ਪੰਜਾਬ ਨੇ ਆਪਣੀ ਸਭਿਅਤਾ ਕੋ ਬਹੁਤ ਹੀ ਸਮੇਟ ਕੇ ਰੱਖਾ ਹੈ, ਯਹਾਂ ਕੇ ਲੋਗੋ ਨੇ ਆਪਣੇ ਆਪ ਕੋ ਔਰ ਯਹਾਂ ਕੀ ਸਭਿਅਤਾ ਕੋ ਬਹੁਤ ਹੀ ਪਿਆਰ ਸੇ ਸੰਜੋਗ ਕੇ ਰੱਖਾ ਹੈ ਜੀ। ਆਪਣੀ ਸਭਿਅਤਾ ਹੁਣ ਦੁਬਾਰੇ ਜੋ ਵਿਸੜ ਗਈ ਸੀ ਵਾਪਸ ਆਉਂਦੀ ਜਾ ਰਹੀ ਹੈ, ਕੀ ਕਹਿਣਾ ਚਾਹੋਗੇ ਬੇਟਾ? ਅਸੀਂ ਫੰਕਸ਼ਨ 'ਚ ਬਹੁਤ ਇੰਜੋਏ ਕਰ ਰਹੇ ਹਾਂ, ਸਾਡੇ ਵਰਗੀ ਯੂਥ ਆਪਣੇ ਕਲਚਰ ਨਾਲ ਕਨੈਕਟ ਹੋ ਰਹੀ ਹੈ, ਅਸੀਂ ਬਹੁਤ ਖੁਸ਼ ਹਾਂ ਇੱਥੇ ਆ ਕੇ, ਬਹੁਤ ਇੰਜੋਏ ਕਰ ਰਹੇ ਸੀ। ਹਾਂਜੀ ਪਲੀਜ਼ ਇੱਕ ਬੋਲੋ। ਮਾਪੇ ਤਾਤੀਆਂ ਨੂੰ ਸੁਰਾਉਂਦੇ ਨੀ ਥੱਕਦੇ, ਮਾਪੇ ਤਾਤੀਆਂ ਸੁਰਾਉਂਦੇ ਨੀ ਥੱਕਦੇ, ਸਹੁਰੇ ਕਾਨੂੰ ਕੱਢ ਨੰਗੋਚਾ ਮਾਏ ਬੇਰੀਏ, ਕੱਲੀ ਬਹਿ ਕੇ ਮਨ ਵਿੱਚ ਸੋਚਾ ਮਾਏ ਬੇਰੀਏ, ਕੱਲੀ ਬਹਿ ਕੇ ਮਨ ਵਿੱਚ ਸੋਚਾ ਮਾਏ ਬੇਰੀਏ, ਕੱਲੀ ਬਹਿ ਕੇ ਮਨ ਸੋਚਾ ਮਾਏ ਬੇਰੀਏ। ਇਹ ਪੰਜਾਬੀ ਸੱਭਿਆਚਾਰਕ ਹੈ, ਕਾਫੀ ਸਾਲਾਂ ਤੋਂ ਬਹੁਤ ਚੱਲਦਾ ਆ ਰਿਹਾ, ਆਪਣੇ ਵੱਡੇ ਬਜ਼ੁਰਗ ਅੱਗੇ ਤੋਂ ਮਤਲਬ ਕਿ ਇੱਕ ਜਗ੍ਹਾ ਤੇ ਲੱਗਦਾ ਸੀਗਾ, ਹੁਣ ਉਹ ਪਰ ਟਾਈਮ ਤੋਂ ਨਹੀਂ ਹੈਗਾ, ਬਹੁਤ ਅੱਛਾ ਲੱਗ ਰਿਹਾ ਬਹੁਤ ਜ਼ਿਆਦਾ ਜੀ। ਇਹ ਸਨ ਮੈਡਮ ਸਾਡੇ ਨਾਲ, ਤੁਸੀਂ ਦੇਖਿਆ ਕਿ ਇਹਨਾਂ ਵਿੱਚ ਕਿੰਨਾ ਉਤਸ਼ਾਹ ਪਾਇਆ ਜਾ ਰਿਹਾ ਹੈ, ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਪੁਰਾਣੇ ਸੱਭਿਆਚਾਰ ਦੀ ਕਿਤੇ ਨਾ ਕਿਤੇ ਉਸ ਨੂੰ ਇੱਥੇ ਲੋਕਾਂ ਨੂੰ ਤੇ ਬੱਚਿਆਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪਣੇ ਵਿਰਸੇ ਨਾਲ ਜੁੜੋ ਤੇ ਅਜਿਹੇ ਜੋ ਉਪਰਾਲੇ ਹਨ ਸਭ ਨੂੰ ਕਰਦੇ ਰਹਿਣਾ ਚਾਹੀਦਾ ਹੈ। ਜੋ ਤੀਆਂ ਦਾ ਤਿਉਹਾਰ ਹੈ ਕਿਤੇ ਨਾ ਕਿਤੇ ਹੁਣ ਹਰੇਕ ਗਲੀ ਮੁਹੱਲੇ ਵਿੱਚ ਵੀ ਮਨਾਇਆ ਜਾਣ ਲੱਗਿਆ ਹੈ। ਸੰਗਰੂਰ ਤੋਂ ਗੁਰਵਿੰਦਰ ਸਿੰਘ, ਗ੍ਰੇਟ ਪੰਜਾਬ ਟੀਵੀ।